एक पासे पंजाब सरकार वड्डे वड्डे दावे करदी नहीं थकदी कि किसानां लई असीं मंडियां विच पुख्ता प्रबंध कीते हन, पर हकीकत कुछ और ही दिसदी है। जिथे अज श्री मुक्तसर साहिब दे हलका गिद्दड़बाहा विच देर शाम तेज़ बरसात ने पंजाब सरकार ते प्रशासन दे दावियां दी पोल खोल दित्ती। जिथे किसान अपनी नरमे ते झोने दी फसल मंडी विच लैके आए हुए सन। तेज़ बरसात होण कारण मंडियां विच लैके आई फसल किसानां दी खराब हो गई, क्योंकि सरकार अते प्रशासन वल्लों किसानां लई बरसात तो बचाउण लई कोई प्रबंध नहीं कीते हुए सन। उत्थे किसानां दा कहना सी कि सरकार ने सानू एक तरीक दा क्या हुंदा तां असीं अपनी फसल दो दिन तो घर नहीं रखदी सी, रिपीट कर नहीं रखनी सी। जदों असीं मंडी विच लै के आए तां अज कुदरत दी मार पै गई, जिस नाल ना तां प्रशासन वल्लों बरसात तो बचाउण लई पल्लियां दे प्रबंध कीते हुए सन। जदों असीं पल्लियां लैण गए तां पिछों तेज़ बरसात होण कारण साडी सारी फसल खराब हो गई। असीं सरकार ते प्रशासन तो किसान मुआवजा दी मंग करदे हाँ। ਤਰਨਜੀਤ ਕੀ ਕਹਿਣਾ ਚਾਹੋਗੇ ਅੱਜ? ਅੱਜ ਤੁਸੀਂ ਇਹ ਦੇਖ ਲਓ ਜੀ, ਜਿਹੜਾ ਗਿੱਦੜਬਾਹਾ ਦੀ ਮੰਡੀ ਦੇ ਵਿੱਚ ਜਿਹੜਾ ਕਿਸਾਨ ਹੈ, ਅੱਜ ਦੀ ਡੇਟ ਦੇ ਵਿੱਚ 1-2% ਕਿਸਾਨ ਹਾਲੇ ਆਪਦੀ ਫਸਲ ਲੈ ਕੇ ਆਇਆ। ਅਤੇ ਤੁਸੀਂ ਇਹ ਦੇਖੋ ਵੀ ਨਰਮੇ ਦੀ ਫਸਲ ਨੂੰ ਤਾਂ ਪਹਿਲਾਂ ਸੁੰਡੀ ਖਾ ਗਈ, ਹੁਣ ਅੱਜ ਇਹ ਵੇਖ ਲਓ ਜਿਹੜਾ ਮਾੜਾ ਮੋਟਾ ਨਰਮਾ ਬਚਿਆ ਉਹ ਮੀਂਹ ਦੇ ਪਾਣੀ ਨਾਲ ਸਾਰਾ ਖਰਾਬ ਹੋਇਆ ਪਿਆ। ਜਿੰਨਾ ਝੋਨਾ ਕੋਈ ਵਿਚਾਰਾ 2-3 ਕਿੱਲਿਆਂ ਵਾਲਾ ਜ਼ਿਮੀਂਦਾਰ ਆ ਜਿਹੜਾ ਅੱਜ ਆਇਆ ਇੱਥੇ, ਉਹਨਾਂ ਦਾ ਤਾਂ ਵਿਚਾਰਿਆਂ ਦਾ ਜਮਾਂ ਹੀ ਸਤਿਆਨਾਸ਼ ਹੀ ਕਹਿ ਲਓ ਹੋ ਗਿਆ ਫਸਲ ਦਾ। ਆਪਦੇ ਘਰੋਂ ਪੱਲੀਆਂ ਲਿਆ ਕੇ ਜਦੋਂ ਨੂੰ ਪੱਲੀਆਂ ਲੈਣ ਗਏ ਆ ਉਦੋਂ ਨੂੰ ਆਉਂਦਿਆਂ ਨੂੰ ਸਾਰੀ ਫਸਲ ਭਿੱਜ ਗਈ ਆ। ਆਹ ਤੁਸੀਂ ਵੇਖ ਲਓ ਜਿਹੜਾ ਝੋਨਾ 16-16 ਮਾਊਚਰ ਸੀ, 14 ਮਾਊਚਰ ਸੀ, ਆਹ ਹੁਣ ਵੇਖ ਲਓ ਜਮ੍ਹਾਂ ਭਿੱਜਿਆ ਪਿਆ। ਸੋ ਸਰਕਾਰਾਂ ਦੇ ਜਿਹੜੇ ਢੰਗ ਆ, ਜਿਹੜੇ ਆਹ ਇੰਤਜ਼ਾਮ ਹੈ, ਤੁਸੀਂ ਵੇਖ ਲਓ ਖੁੱਲ੍ਹਾ ਮੈਦਾਨ ਆ। ਬੜੇ ਦਾਅਵੇ ਕੀਤੇ ਜਾ ਰਹੇ ਵੀ ਪੁਖਤਾ ਇੰਤਜ਼ਾਮ ਹੈ, ਕੀ ਲੱਗ ਰਿਹਾ ਤੁਹਾਨੂੰ? ਟੱਕਾ ਨਹੀਂ ਕੀਤਾ ਜੀ ਇਹਨਾਂ ਨੇ, ਕੁਛ ਵੀ ਨਹੀਂ ਕੀਤਾ। ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਵੀ ਜੇ ਇਹਨਾਂ ਨੇ ਅੱਜ 1 ਤਰੀਕ ਤੋਂ ਖਰੀਦ ਲੈਂਦੇ ਇਹ, ਤਾਂ ਆਹ ਵਿਚਾਰਾ ਕਿਸਾਨ ਇੱਥੇ ਰੋਲਣਾ ਨਹੀਂ ਸੀਗਾ। ਸੋ ਬੇਨਤੀ ਆ ਸਰਕਾਰਾਂ ਨੂੰ ਵੀ ਐਵੇਂ ਝੂਠੇ ਵਾਅਦਿਆਂ ਤੋਂ ਜਿਹੜੇ ਤੁਸੀਂ ਕਰਦੇ ਹੋ ਉਹਨਾਂ ਤੋਂ ਕੁਛ ਗੱਲਾਂ ਜਿਹੜੀਆਂ ਆਪਦੀਆਂ ਵਾਅਦੇ ਪੂਰੇ ਕਰੋ, ਕਿਸਾਨਾਂ ਦੇ ਕਰਜ਼ੇ ਜਿਹੜੇ ਮਾਫ਼ ਕਰੋ, ਤਾਂ ਜੋ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੀਆਂ ਸਬਸਿਡੀਆਂ ਪਹਿਲਾਂ ਹੀ ਦੇ ਦਿਓ, ਤਾਂ ਜੋ ਉਹ ਫਾਹੇ ਨਾ ਲੈਣ। ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।